ਇਹਨਾਂ ਸਾਰੇ ਪਿੰਡ ਨੇ ਮਿਲ ਕੇ ਬੜੇ ਪਿਆਰ ਨਾਲ ਬੜੀ ਇੱਜ਼ਤ ਦਿੱਤੀ ਅਤੇ ਚੁਣਿਆ ਇਹਨਾਂ ਕਿ ਹੁਣ ਪਿੰਡ ਦਾ ਵਿਕਾਸ ਹੋਏ, ਉਹੀ ਕਰਾਂਗੇ, ਇਹਨਾਂ ਦਾ ਸਾਰਿਆਂ ਦਾ ਸਾਥ ਲੈ ਕੇ ਕਰਾਂਗੇ। ਜਿਸ ਤਰ੍ਹਾਂ ਕਿ ਤੁਹਾਨੂੰ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਸਨਮਾਨ ਮਿਲਿਆ, ਤੁਸੀਂ ਕੀ ਸਮਝਦੇ ਹੋ ਜਿਹੜੇ ਬਾਕੀ ਸ਼ਹੀਦਾਂ ਦੇ ਪਰਿਵਾਰ, ਉਹਨਾਂ ਨੂੰ ਵੀ ਇਸ ਤਰ੍ਹਾਂ ਸਨਮਾਨ ਮਿਲਣਾ ਚਾਹੀਦਾ ਜਾਂ ਗੇਟ ਬਣਨੇ ਚਾਹੀਦੇ, ਇਸ ਤਰ੍ਹਾਂ ਕੁਛ ਹੋਣਾ ਚਾਹੀਦਾ? ਮਿਲਣਾ ਚਾਹੀਦਾ, ਸਤਿਕਾਰ ਮਿਲਣਾ ਚਾਹੀਦਾ, ਮਾਣ ਉਹਨਾਂ ਨੂੰ ਪੂਰਾ। ਪਿਛਲੇ ਸਾਲ 2017 'ਚ ਸਾਡਾ ਚਾਲਕੁਰ ਦਾ ਇੱਕ ਸਾਡਾ ਨੌਜਵਾਨ ਸਾਡਾ ਸਾਥੀ ਜਿਹੜਾ ਕਿ ਦੇਸ਼ ਦੀ ਆਜ਼ਾਦੀ ਦੇਸ਼ ਦੇ ਖਾਤਰ ਜਿਹੜਾ ਸਾਡਾ ਸ਼ਹੀਦ ਹੋ ਗਿਆ ਸੀ, ਉਹਨੂੰ ਅੱਜ ਅਸੀਂ ਸਮੁੱਚਾ ਇਲਾਕਾ ਖੜ੍ਹਾ ਹੈ, ਅਸੀਂ ਸਰਬਸੰਮਤੀ ਨਾਲ ਉਹਨਾਂ ਦੇ ਪਰਿਵਾਰ ਨੂੰ ਸਰਪੰਚੀ ਦੀ ਦਿੱਤੀ ਹੈ, ਕਿਉਂਕਿ ਪਿੰਡ ਨੇ ਫੈਸਲਾ ਕੀਤਾ ਸੀ ਕਿ ਸ਼ਹੀਦ ਨੂੰ ਸ਼ਰਧਾਂਜਲੀ ਦੇਣੀ ਹੈ। ਸਭ ਤੋਂ ਪਹਿਲਾਂ ਅਸੀਂ ਇੱਕ ਇਹਦੇ ਨਾਂ ਦਾ ਗੇਟ ਬਹੁਤ ਖੂਬਸੂਰਤ ਜਿਹੜਾ ਤੁਸੀਂ ਦੇਖ ਕੇ ਆਏ ਹੋ ਬਣਾ ਦਿੱਤਾ। ਸੋ ਅੱਜ ਜਿਹੜੀ ਇਹ ਸੜਕ ਹੈ ਇਹ ਵੀ ਸ਼ਹੀਦ ਮਨਦੀਪ ਸਿੰਘ ਦੇ ਨਾਂ ਨੂੰ ਰੱਖੀ ਜਾਏਗੀ, ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੇ ਪਿੰਡ ਚਾਲ ਕਲਾਂ ਦੇ ਹਰ ਇੱਕ ਪਰਿਵਾਰ ਨੇ ਜਿੱਥੇ ਸੋਗ ਦੀ ਜਿੱਥੇ ਇਸ ਪਿੰਡ ਦੇ ਵਿੱਚ ਲਹਿਰ ਸੀ, ਅੱਜ ਚਲੋ ਪਰਮਾਤਮਾ ਦਾ ਜੋ ਪਾਣਾ ਸੀ ਉਹ ਵਰਤਿਆ, ਲੇਕਿਨ ਅੱਜ ਖੁਸ਼ੀ ਦੀ ਵੀ ਲਹਿਰ ਆ ਕਿ ਅੱਜ ਇਸ ਪਰਿਵਾਰ ਨੂੰ ਅਸੀਂ ਸਰਬਸੰਮਤੀ ਨਾਲ, ਸਾਰੇ ਕਿਸੇ ਕੋਈ ਕਿੰਤੂ ਪ੍ਰਿੰਤੂ ਨਹੀਂ ਹੋਇਆ, ਔਰ ਇਸ ਪਰਿਵਾਰ ਨੂੰ ਭੈਣ ਜੀ ਗਿਆਨ ਕੌਰ ਨੂੰ ਅਸੀਂ ਸਰਬਸੰਮਤੀ ਨਾਲ ਸਰਪੰਚ ਬਣਾਇਆ। ਮੈਂ ਸਾਰੇ ਆਪਣੇ ਜਿੱਥੇ ਹਲਕਾ ਜਿਹੜੇ ਇੰਚਾਰਜ ਨੇ ਜਾਂ ਹਲਕੇ ਦੇ ਵਿਧਾਇਕ ਨੇ, MLA ਸਾਹਿਬਾਨ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੱਥੇ ਸ਼ਹੀਦ ਹੋਏ ਨੇ ਸਾਡੇ, ਕਿਉਂਕਿ ਸ਼ਹੀਦ ਬਹੁਤ ਦੇਸ਼ ਦਾ ਸਰਮਾਇਆ ਨੇ, ਇਹਨਾਂ ਨੂੰ ਸੰਭਾਲਣ ਦੇ, ਇਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਦੀ ਬਹੁਤ ਲੋੜ ਹੈ, ਕਿਉਂਕਿ ਪਿੱਛੇ ਜਦੋਂ ਹਮੇਸ਼ਾ ਕਿਤੇ ਜਾਂਦੇ ਆ ਤਾਂ ਇਹ ਸੁਣਨ ਨੂੰ ਮਿਲਦਾ ਕਿ ਸ਼ਹੀਦਾਂ ਨੂੰ ਪੁੱਛਿਆ ਨਹੀਂ ਜਾਂਦਾ। ਮੈਂ ਲਗਭਗ 5-6 ਵਾਰ ਆਪ ਖੁਦ ਇਸ ਪਰਿਵਾਰ ਦੇ ਨਾਲ ਆ ਕੇ ਘਰ ਦੁੱਖ ਵੀ ਸਾਂਝਾ ਕੀਤਾ, ਭੋਗਤੇ ਵੀ ਪਿੱਛੇ ਜੇ ਆਏ ਸੀ ਥੋੜ੍ਹੇ ਦਿਨ ਪਹਿਲਾਂ, ਜਿਹਦਿਨ ਇਲੈਕਸ਼ਨ ਅਨਾਊਂਸ ਹੋਈ ਆ ਫਿਰ ਵੀ ਆਪਾਂ ਇਹਨਾਂ ਦੇ ਘਰ ਆਏ ਸੀ, ਅੱਜ ਵੀ ਹੋ ਕੇ ਆਇਆ, ਔਰ ਸ਼ਹੀਦ ਜਿਹੜਾ ਇਹ ਸਦਾ ਸਾਡੇ ਦਿਲ 'ਚ ਰਹਿਣੇ ਨੇ, ਕਿਉਂਕਿ ਇਹਨਾਂ ਦੀ ਖਾਤਰ ਹੀ ਅਸੀਂ ਅੱਜ ਜਿਹੜੇ ਆ ਸੁੱਖ ਸ਼ਾਂਤੀ ਮਾਣ ਰਹੇ ਹਾਂ, ਕਿਉਂਕਿ ਦੇਸ਼ ਨੂੰ ਮਾਣ ਇਹਨਾਂ ਜਿਹੜੇ ਸਾਡੇ ਫੋਰਸ ਨੇ, ਚਾਹੇ ਉਹ ਆਰਮੀ ਦੀ ਹੈ, ਚਾਹੇ BSF ਹੈ, ਚਾਹੇ ਪੰਜਾਬ ਪੁਲਿਸ ਹੈ, ਕਿਉਂਕਿ ਜਿੰਨੇ ਵੀ ਮੁਕਾਬਲੇ ਹੋਏ ਨੇ ਸਾਡੇ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ ਨੇ, ਕਿਉਂਕਿ ਪਾਕਿਸਤਾਨ ਕਦੇ ਨਹੀਂ ਚਾਹੁੰਦਾ ਸਾਡੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ, ਲੇਕਿਨ ਉਹਦੀ ਜੋ ਮਾਣ ਘੜਤ ਜਿਹੜੀ ਉਹਦੀ ਜਿਹੜੀ ਆਪਣੀ ਸੋਚ ਹੈ ਉਹਨੂੰ ਅਸੀਂ ਨਾਕਾਮ ਕਰਕੇ ਰੱਖਿਆ, ਔਰ ਗਾਂ ਵੀ ਆਪਣੇ ਸ਼ਹੀਦਾਂ ਜਿਹੜੇ ਸਾਡੇ ਨੌਜਵਾਨ ਫੌਜੀ ਵੀਰ ਨੇ ਜਾਂ BSF ਵਾਲੇ ਨੇ, ਉਹਨਾਂ ਨੂੰ ਅਸੀਂ ਇਹੀ ਸ਼ਰਧਾ ਦੇ ਜਿਹੜੀ ਅੱਜ ਸਾਡੀ ਆਪਣਾ ਇਹਨਾਂ ਨੇ ਸਨਮਾਨ ਦਿੱਤਾ, ਉਹ ਮੈਂ ਸਾਰੇ ਆਪਣੇ ਪੋਲੀਟੀਸ਼ੀਅਨ ਔਰ ਖਾਸ ਤੌਰ 'ਤੇ ਜਿਹੜੀ ਬਿਊਰੋਕਰੇਟ ਹੈ ਉਹਨਾਂ ਨੂੰ ਵੀ ਕਹਾਂਗਾ ਕਿ ਇਹਨਾਂ ਦਾ ਪਰਿਵਾਰਾਂ ਦਾ ਵੱਧ ਤੋਂ ਵੱਧ ਸਨਮਾਨ ਕੀਤਾ ਜਾਏ।